इस वीडियो को लाइक करें हमारे चैनल को सब्सक्राइब कर बेल आइकन जरूर प्रेस करें हमारी न्यू वीडियो सबसे पहले देखने के लिए थांडे मुंह चुप छडे मुंह बुकल विच लका केख नढे ने हो गई जे, जेकियां तौणा वडे मूह असलाम ਆ ਗਿਆ ਤੁਹਾਡਾ ਯਾਰ ਮਲਕ ਦੋਸਤੋ ਕੀ ਹਾਲ ਹੈ ਤੁਹਾਡਾ ਠੀਕ ਠਾਕ ਹੋ ਅੱਲਾ ਤੁਹਾਨੂੰ ਤੁਹਾਡੇ ਬੱਚਿਆਂ ਨੂੰ ਤੁਹਾਡੇ ਵੱਡਿਆਂ ਨੂੰ ਸੇ ਤੰਦਰੁਸਤੀ ਦਵੇ ਜੀ ਤੇ ਅੱਜ ਮੈਂ ਦੋਸਤੋ ਲੈ ਕੇ ਆਇਆ ਜੀ ਲੈਬਰਡੋਰ ਹੈ ਜੀ ਇਹ ਜਨਾਬ ਸ਼ਿਕਾਰ ਤੇ ਲੱਗਾ ਹੋਇਆ ਹੈ ਸ਼ਿਕਾਰ ਮਰਗਾਬੀ ਫੜ ਕੇ ਲੈਂਦਾ ਹੈ ਪਾਣੀ ਜੀ ਵੀ ਜਾਏਗਾ ਇਨਸ਼ਾਅੱਲਾ ਤੇ ਜਿਹੜੇ ਵੀਰ ਨੂੰ ਦੋਸਤ ਨੂੰ ਸ਼ੌਕ ਹੋਵੇ ਲੈਬਰਡੋਰ ਦਾ ਤੇ ਉਹ ਜਨਾਬ ਸਾਡੇ ਕੋਲੋਂ ਲੈ ਸਕਦਾ ਹੈ ਕਾਰਗੋ ਦੀ ਸਹੂਲਤ ਮੌਜੂਦ ਹੈ ਜੀ ਤੇ ਇਹਨੂੰ ਫਾਸੀ ਟੀਕੇ ਜਨਾਬ ਲੱਗੇ ਹੋਏ ਨੇ ਮੋਟਾ ਤਾਜ਼ਾ ਕਾਰਗੋ ਦੀ ਸਹੂਲਤ ਮੌਜੂਦ ਹੈ ਪੂਰੇ ਪਾਕਿਸਤਾਨ ਜਿੱਥੇ ਮੇਰਾ ਕੋਈ ਦੋਸਤ ਵੀਰ ਕਹੇਗਾ ਤੇ ਉੱਥੇ ਪਹੁੰਚਾ ਦਾਂਗੇ ਜੀ ਠੀਕ ਹੈ ਜੀ ਇੱਕ ਸਾਲ ਇਹਦੀ ਉਮਰ ਹੈ ਜਨਾਬ ਤੇ ਸਕਰੀਨ ਤੇ ਖਲੋਤਾ ਦੇਖ ਸਕਦੇ ਹੋ ਸੇਰੇ ਦਾ ਲਤਾਂ ਉਹ ਛੋਟੀ ਜੀ ਪੁਸ਼ਲ ਹੈ ਬਹੁਤ ਪਿਆਰਾ ਮੋਟਾ ਤਾਜ਼ਾ ਮਾਸ਼ਾਅੱਲਾ ਹੈਲਦੀ ਤੇ ਇਹ ਜਨਾਬ ਪਾਣੀ 'ਚ ਜਾ ਕੇ ਫੜਕੇ ਵੀ ਲਿਆਂਦਾ ਹੈ ਚੀਜ਼ ਜੋ ਵੀ ਤੁਸੀਂ ਮਾਰੋਗੇ ਔਰ ਅੱਲਾਹ ਦੇ ਫਜ਼ਲ ਦੇ ਨਾਲ ਇਹਨੂੰ ਗੇਂਦ ਸੁੱਟੋ ਇਹਨੂੰ ਜਨਾਬ ਥੱਲੇ ਕਹੋਗੇ ਥੱਲੇ ਭਏਗਾ ਜਿੱਥੇ ਕਹੋਗੇ ਇਹ ਮਾਸ਼ਾਅੱਲਾ ਹਲੇ ਸਾਲ ਦੀ ਉਮਰ ਹੈ ਔਰ ਸਿੱਖਿਆ ਹੈ ਆ ਦੇਖੋ ਤੁਹਾਡੇ ਸਾਹਮਣੇ ਜਨਾਬੇ ਫੜਕੇ ਲਿਆ ਰਿਹਾ ਪਾਣੀ ਦੇ ਵਿੱਚੋਂ ਜਾ ਕੇ ਜਿਹੜਾ ਨਾ ਉਹ ਚੀਜ਼ ਸੁੱਟੋਗੇ ਜੋ ਵੀ ਕਰੋਗੇ ਮਰਗਾ ਵੀ ਸੁੱਟੋਗੇ ਜੋ ਵੀ ਲਿਆਓਗੇ ਤੁਸੀਂ ਉਹ ਜਨਾਬੇ ਫੜਕੇ ਅੱਲਾਹ ਦੇ ਫਜ਼ਲ ਨਾਲ ਲਿਆਏਗਾ ਠੀਕ ਹੈ ਨਾ ਜਿੰਨਾ ਮਰਜ਼ੀ ਪਾਣੀ ਹੋਵੇ ਤੇ ਬਹੁਤ ਪਿਆਰਾ ਕਲਰ ਹੈ ਜੀ ਤੇ ਚਾਕਲੇਟ ਕਲਰ ਇਹਨੂੰ ਕਹਿੰਦੇ ਨੇ ਤੇ ਬਹੁਤ ਖੂਬਸੂਰਤ ਹੈ ਇੰਪੋਰਟਡ ਹੈ ਤੇ ਕਾਰਗੋ ਦੀ ਸੋਲਡ ਜਨਾਬ ਪੂਰੇ ਪਾਕਿਸਤਾਨ 'ਚ ਮੌਜੂਦ ਹੈ ਜੀ ਤੇ ਦੋਸਤੋ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਕਰ ਦਿਆ ਕਰੋ ਸਬਸਕ੍ਰਾਈਬ ਕਰ ਦਿਆ ਕਰੋ ਇੱਕ ਘੰਟੀ ਦਾ ਬਟਨ ਹੁੰਦਾ ਜੀ ਉਹਨੂੰ ਸਿਰਫ ਤੁਸੀਂ ਦਬਾਣਾ ਹੁੰਦਾ ਹੈ ਤਾਂ ਕਿ ਮੇਰੀ ਹਰ ਆਉਣ ਵਾਲੀ ਵੀਡੀਓ ਸਾਰੇ ਦੋਸਤਾਂ ਤੱਕ ਪਹੁੰਚ ਜਾਵੇ ਔਰ ਮੈਨੂੰ ਵੀ ਖੁਸ਼ੀ ਹੁੰਦੀ ਹੈ ਕਿ ਮੇਰੇ ਵੀਰ ਜਿਹੜੇ ਨੇ ਦੋਸਤ ਜਿਨ੍ਹਾਂ ਵਾਸਤੇ ਮੈਂ ਦੁਆਵਾਂ ਕਰਨਾ ਵਾਂ ਤੇ ਉਹ ਵੀ ਮੇਰੇ ਪਿੱਛੇ ਜਿਹੜੇ ਨੇ ਕਿੰਨੇ ਦੁਆਵਾਂ ਵਾਲੇ ਹੱਥ ਨੇ ਜੀ ਤੇ ਇਸ ਵਜ੍ਹਾ ਤੋਂ ਜਨਾਬ ਤੁਸੀਂ ਚੈਨਲ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਮੈਂ ਕਾਫੀ ਸਾਰੀਆਂ ਵੀਡੀਓ ਬਣਾਈਆਂ ਨੇ ਕਿ ਜਿਹੜੀਆਂ ਜਿਹੜੇ ਜਨਾਬ ਉਹ ਦੋਸਤਾਂ ਨੂੰ ਉਹ ਦੇਖ ਕੇ ਫਾਇਦਾ ਹੋ ਸਕਦਾ ਹੈ ਠੀਕ ਹੈ ਨਾ ਜੀ ਆ ਦੇਖੋ ਇਹ ਚੀਜ਼ ਕੋਈ ਵੀ ਤੁਸੀਂ ਇਹਨੂੰ ਸੁਟੋਗੇ ਗੇਂਦ ਹੋਏਗਾ ਕੋਈ ਚੀਜ਼ ਹੋਏਗੀ ਮਰਗਾ ਵੀ ਹੋਏਗੀ ਜੋ ਵੀ ਹੋਏਗਾ ਤੇ ਇਹ جناب ਅੱਲਾ ਦੇ ਫਜ਼ਲ ਨਾਲ ਫੜ ਕੇ ਲਿਆਏਗਾ ਇੱਕ ਹੁਣ ਦੋ ਹੁਣ ਪੰਜ ਹੁਣ 10 ਹੁਣ ਜਿੰਨੀਆਂ ਵੀ ਹੋਣਗੀਆਂ ਇਹ جناب ਆਪੀ ਜਾਏਗਾ ਪਾਣੀ ਤੋਂ ਚੱਕਦੇ ਨਹੀਂ ਨਹੀਂ ਤੇ ਅਕਸਰ ਕੁੱਤੇ ਜਿਹੜੇ ਨੇ ਪਾਣੀ ਤੋਂ ਚੱਕਦੇ ਨੇ ਠੀਕ ਹੈ ਨਾ ਜੀ ਇਹ ਅੱਲਾ ਦੇ ਫਜ਼ਲ ਨਾਲ ਪਾਣੀ ਦੇ ਇਸ ਲਈ ਮੈਂ ਵੀਡੀਓ ਬਣਾਈਏ ਦਰਿਆ ਤੇ ਜਾ ਕੇ ਕਿ ਪਾਣੀ ਦੇ ਵਿੱਚ ਜਿਹੜਾ ਨੂੰ ਸਿਖਾਇਆ ਜਾਵੇ ਠੀਕ ਹੈ ਨਾ ਜੀ ਤੇ ਇਹ ਪਾਣੀ ਦੋਸਤਾਂ ਨੂੰ ਦੱਸਣ ਵਾਸਤੇ ਕਿ ਪਾਣੀ ਦੇ ਵਿੱਚ ਵੀ ਇਹ ਜਾ ਕੇ ਤੁਹਾਨੂੰ ਚੀਜ਼ ਲਿਆ ਕੇ ਦੇਵੇਗਾ ਠੀਕ ਹੈ ਜੀ ਤੇ ਦੋਸਤੋ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਕਰ ਦਿਆ ਕਰੋ ਸਬਸਕ੍ਰਾਈਬ ਕਰ ਦਿਆ ਕਰੋ ਘੰਟੀ ਦੇ ਬਟਨ ਨੂੰ ਦਬਾ ਦਿਆ ਕਰੋ ਤੇ ਤਾਂ ਕਿ ਮੇਰੀ ਹਰ ਆਉਣ ਵਾਲੀ ਵੀਡੀਓ ਜਿਹੜੀ ਦੋਸਤਾਂ ਤੱਕ ਪਹੁੰਚ ਸਕੇ ਤੇ ਕਾਰਗੋ ਦੀ ਸੇਵਾ ਜਨਾਬ ਦੋਸਤੋ ਮੌਜੂਦ ਹੈ ਪੂਰੇ ਪਾਕਿਸਤਾਨ ਜਿੱਥੇ ਮੇਰਾ ਵੀਰ ਦੋਸਤ ਕਹੇਗਾ ਉਥੇ ਜਾ ਕੇ ਇਹਨੂੰ ਜਨਾਬ ਪਹੁੰਚਾ ਦੇਵਾਂਗੇ ਠੀਕ ਹੈ ਨਾ ਜੀ ਤੇ ਦੋਸਤੋ ਮੇਰਾ WhatsApp ਨੰਬਰ ਜਿਹੜਾ ਹੈ ਨੋਟ ਕਰ ਲਓ 03 03 4 8 58273 ਇਹ ਮੇਰਾ WhatsApp ਨੰਬਰ ਹੈ ਜੀ ਤੇ ਅਕਸਰ ਮੈਂ ਦੋਸਤਾਂ ਨੂੰ ਕਹਿੰਦਾ ਨਾ ਕਿ ਤੁਸੀਂ ਦੋਸਤੋ ਫਰਗ ਨਾ ਬਿਆ ਕਰੋ ਕੋਈ ਨਾ ਕੋਈ ਚੀਜ਼ ਰੱਖੋ ਤਾਂ ਕਿ ਤੁਸੀਂ ਜਿਹੜਾ ਉਹ ਤੇ ਆਨੇ ਲੱਗੇ ਰਹੋ ਜਦੋਂ ਤੁਸੀਂ ਧਿਆਨ ਲਗੋਗੇ ਤੇ ਤੁਹਾਡੀਆਂ ਯਕੀਨ ਕਰੋ ਕਿ ਕਾਫੀ ਐਸੇ ਮੁਸ਼ਕਲਾਂ ਨੇ ਪਰੇਸ਼ਾਨੀਆਂ ਜਿਹੜੀਆਂ ਦੂਰ ਹੋ ਜਾਣਗੀਆਂ ਔਰ ਤੁਸੀਂ ਆਪਣੇ ਘਰ ਦੇ ਵੀ ਨਿਜ਼ਾਮ ਨੂੰ ਬਿਹਤਰ ਸਮਝੋਗੇ ਠੀਕ ਹੈ ਨਾ ਤੇ ਉਹ ਤੁਸੀਂ ਕੋਈ ਨਾ ਕੋਈ ਚੀਜ਼ ਪਾ ਲੋਗੇ ਕੋਈ ਨਾ ਕੋਈ ਚੀਜ਼ ਰੱਖੋਗੇ ਮੈਂ ਅਕਸਰ ਜਿੱਥੋਂ ਵੀ ਲੰਗਣਾਵਾ ਬਾਜ਼ਾਰ ਚ ਜਾਵਾ ਜਾਂ ਕਿਤੇ ਵੀ ਜਾਵਾ ਤੇ ਉਹ ਮੁੰਡੇ ਮੋਬਾਈਲ ਤੇ ਬੈਠੇ ਹੁੰਦੇ ਨੇ ਉਹਨਾਂ ਨੂੰ ਇਹੀ ਕਹਿੰਦਾ ਨਾ ਪੁੱਤਰੋ ਦਰੂਸ਼ਰੀ ਪੜਿਆ ਕਰੋ ਅੱਲਾ ਦਾ ਨਾਮ ਲਿਆ ਕਰੋ ਤਾਂ ਕਿ ਪਰਵਰਦਾਗਾਰ ਤੁਹਾਡੇ ਤੇ ਰਹਿਮਤ ਕਰੇ ਔਰ ਜਨਾਬ ਅਕਸਰ ਦੋਸਤ ਕਹਿੰਦੇ ਨੇ ਜੀ ਮਹंगाई ਨਹੀਂ ਹੋ ਗਈ ਮਲਕ ਸਾਹਿਬ ਇੰਜ ਹੋ ਗਿਆ ਉੰਜ ਹੋ ਗਿਆ ਮੈਂ ਕਹਾਂ ਜੀ ਤੁਸੀਂ ਅੱਲਾ ਦਾ ਨਾਮ ਲਵੋ ਕਿ ਜਿਸ ਪਰਵਰਦਾਗਾਰ ਨੇ ਸਾਨੂੰ ਪੈਦਾ ਕੀਤਾ ਉਹ ਜਨਾਬ ਬਿਹਤਰ ਰਿਜ਼ਕ ਦੇਵੇਗਾ ਔਰ ਦਿੰਦਾ ਆਇਆ ਜੀ ਤੇ ਸਾਰਾ ਕੰਮ ਹੀ ਉਹਨਾਂ ਦਾ ਹੈ ਅੱਲਾਹ ਤਾਲਾ ਦਾ ਇਹ ਕੰਮ ਹੈ ਸਾਡਾ ਤੇ ਕੋਈ ਕੰਮ ਨਹੀਂ ਹੈ ਅਸੀਂ ਤੇ ਉਹਦੇ ਦਿੱਤੇ ਜੋ ਦੇਣਾ ਜੀ ਠੀਕ ਹੈ ਨਾ ਦੋਸਤੋ ਅਸੀਂ ਤੇ ਉਹਦੇ ਦਿੱਤੇ ਜੋ ਦੇਣਾ ਸਾਡਾ ਤੇ ਕੋਈ ਨਹੀਂ ਇਹ ਸਭ ਕੁਝ ਤੇਰੀ ਇਤਾ ਹੈ ਘਰੋਂ ਤੇ ਅਸੀਂ ਕੁਛ ਨਾ ਲਿਆਏ ਠੀਕ ਹੈ ਨਾ ਇਹ ਤੇਰੀ ਅੱਲਾਹ ਦੇਣ ਹੈ ਔਰ ਸਾਡਾ ਤੇ ਕੋਈ ਕਮਾਲ ਨਹੀਂ ਨਾ ਸਾਨੂੰ ਮਾਈ ਬਾਪ ਨੇ ਦਿੱਤਾ ਹੈ ਇਹ ਸਭ ਕੁਝ ਮਾਈ ਬਾਪ ਨੂੰ ਵੀ ਤੂੰ ਹੀ ਦਿੱਤਾ ਹੈ ਤੇ ਇਸ ਲਈ ਤੁਸੀਂ ਮੋਬਾਈਲਾਂ ਤੇ ਜਿਹੜਾ ਉਹ ਬਜਾਏ ਕਿਸੇ ਗਰਤ ਇਸਤੇਮਾਲ ਕਰੋ ਤੇ ਉਹਦਾ ਤੁਸੀਂ ਸਹੀ ਇਸਤੇਮਾਲ ਕਰਿਆ ਕਰੋ ਪਰਵਰਦigar ਅੱਗੇ ਜਿਹੜਾ ਉਹ ਦੁਆਵਾਂ ਕਰੋ ਨਮਾਜ਼ਾਂ ਪੜੋ ਉਹ ਦਰੋਸ਼ਰੀ ਪੜਿਆ ਕਰੋ ਹਰ ਟਾਈਮ ਚੱਲਦੇ ਫਿਰਦੇ ਮੇਰੀ ਆਦਤ ਬਣੀ ਹੈ ਜੀ ਅੱਲਾ ਦੇ ਫਜ਼ਲ ਨਾਲ ਪੈ ਚੱਲਦਾ ਫਿਰਦਾ ਹੋਵਾਂਗਾ ਗੱਡੀ ਤੇ ਹੋਵਾਂ ਪੈਦਲ ਹੋਵਾਂ ਸਾਈਕਲ ਤੇ ਹੋਵਾਂ ਕਿਤੇ ਵੀ ਹੋਵਾਂ ਮੈਂ ਜਨਾਬ ਦਰੋਸ਼ਰੀ ਜ਼ਰੂਰ ਪੜਨਾ ਵਾਂ ਤੇ ਤੁਸੀਂ ਵੀ ਦੋਸਤੋ ਜਿੰਨੇ ਵੀ ਮੇਰੇ ਵੀਰ ਨੇ जिन्ने ਵੀ ਦੋਸਤ ਨੇ ਮੇਰੀਆਂ ਭੈਣਾਂ ਨੇ ਦੇਖਦੀਆਂ ਮੇਰੀਆਂ ਵੀਡੀਓ ਤੇ ਉਹਨਾਂ ਦੇ ਅੱਗੇ ਇਹੀ ਰਿਕੁਐਸਟ ਹੈ ਕਿ ਤੁਸੀਂ ਆਪਣੇ ਜਿਹੇ ਹਾਲਾਤ ਬਦਲਨੇ ਨੇ ਆਪਣੇ ਘਰ ਦੇ ਜਾਂ ਆਪਣੇ ਬੱਚਿਆਂ ਦੇ ਤੇ ਜਨਾਬ ਉਹਦੇ ਵਾਸਤੇ ਤੁਸੀਂ ਦਰੋਸ਼ਰੀਫ ਜ਼ਰੂਰ ਪੜੋ ਠੀਕ ਹੈ ਨਾ ਜੀ ਉਹ ਐਡਾ ਮੁਸ਼ਕਲ ਨਹੀਂ ਹੁੰਦਾ ਤੇ ਉਹ ਤੁਸੀਂ ਵੇਖਣਾ ਫਿਰ ਪਰਵਰਦigar ਤੁਹਾਡੇ ਤੇ ਰਹਿਮਤਾਂ ਕਿਵੇਂ نازਲ ਕਰਦਾ ਆਪਣੇ ਰਹਿਮਤਾਂ ਦੇ ਦਰਵਾਜ਼ੇ ਖੋਲੇਗਾ ਇਨਸ਼ਾਅੱਲਾ ਤੇ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਕਰਦੇਆ ਕਰੋ ਸਬਸਕ੍ਰਾਈਬ ਕਰਦੇਆ ਕਰੋ ਕਿ ਘੰਟੀ ਦਾ ਬਟਨ ਹੈ ਜੀ ਉਹਨੂੰ ਤੁਸੀਂ ਦਬਾ ਦਿਆ ਕਰੋ ਤਾਂ ਕਿ ਮੇਰੀ ਹਰ ਆਣ ਵਾਲੀ ਵੀਡੀਓ ਜਿਹੜੀ ਹੈ ਉਹ ਤੁਹਾਡੇ ਤੱਕ ਪਹੁੰਚ ਸਕੇ ਮਲਕ ਜਿਹੜੀਆਂ ਗੱਲਾਂ ਕਰਦਾ ਜੀ ਸੁਥਰੀਆਂ ਕਰਦਾ ਔਰ ਕੋਈ ਮਾਇਦ ਲਾਲ ਇਸ ਤਰ੍ਹਾਂ ਚੈਨਲ ਤੇ ਗੱਲ ਨਹੀਂ ਕਰਦਾ ਤੇ ਇਸ ਲਈ ਮੇਰੀਆਂ achiyan gallan hundiyan ne suthriyan hundiyan ne ਇਹਦੇ ਤੇ ਅਮਲ ਕਰਿਆ ਕਰੋ ਪਰਵਰਦigar ਤੁਹਾਡੇ ਤੇ ਰਹਿਮਤ ਕਰੇਗਾ ਠੀਕ ਹੈ ਨਾ ਜੀ ਇਹ ਲੈਬਰਡੋਰ ਅੱਜ ਮੈਂ ਲੈ ਕੇ ਆਇਆ ਜੀ ਤੇ ਚਾਕਲੇਟ ਕਲਰ ਹੈ ਜੀ ਬਹੁਤ ਖੂਬਸੂਰਤ ਹੈ ਮਾਸ਼ਾਅੱਲਾ ਹੈਲਦੀ ਹੈ ਤੇ ਇਹ ਤੁਸੀਂ ਦੇਖ ਸਕਦੇ ਹੋ ਤੇ ਜਿਹੜੇ ਵੀਰ ਨੂੰ ਦੋਸਤ ਨੂੰ ਸ਼ੌਕ ਹੋਵੇ ਸ਼ਿਕਾਰ ਦਾ ਜਾਂ ਰਖਵਾਲੀ ਵਾਸਤੇ ਲੈਣਾ ਹੋਵੇ ਤੇ ਮਾਸ਼ਾਅੱਲਾ ਬਹੁਤ ਅੱਛੀ ਬਰੀਡ ਹੈ ਜਨਾਬ ਬਹੁਤ ਪਿਆਰਾ ਹੈ ਔਰ ਰਖਵਾਲੀ ਵੀ ਕਰਨ ਵਾਸਤੇ ਬਹੁਤ ਅੱਛਾ ਇਹ ਹੁੰਦਾ ਠੀਕ ਹੈ ਨਾ ਜੀ ਜਿਹੜੇ ਵੀਰ ਨੂੰ ਦੋਸਤ ਨੂੰ ਸ਼ੌਕ ਹੋਵੇ ਉਹ ਜਨਾਬ ਮੈਂ WhatsApp ਨੰਬਰ ਲਗਾ ਦਿੱਤਾ ਹੈ ਕਾਰਗੋ ਦੀ ਸਹੂਲਤ ਜਿਹੜੀ ਇਹ ਪੂਰੇ ਪਾਕਿਸਤਾਨ 'ਚ ਮੌਜੂਦ ਹੈ ਤੇ ਦੋਸਤੋ ਸਾਡੇ ਫਾਰਮ ਦਾ ਸੂਲ ਹੈ ਜਨਾਬ ਅਸੀਂ ਕੋਈ ਵੀ ਚੀਜ਼ ਹੈ ਉਹ ਸਾਡੇ ਕੋਲ ਹੋਵੇ ਵੀ ਤੇ ਅਸੀਂ ਦੋਸਤਾਂ ਨੂੰ ਮਨਾ ਕਰ ਦਿੰਦੇ ਆ ਕਿ ਜੀ ਹਲੇ ਅਸੀਂ ਨਹੀਂ ਦੇਣੀ ਜਿੰਨਾ ਚਿਰ ਇਹਨਾਂ ਨੂੰ ਫਾਸਿ ਟੀਕੇ ਨਲਵਾ ਦੇ। ਤੇ ਦੋਸਤੋ ਹਫਾਸੀ ਟੀਕੇ ਜਿਹੜੇ ਹੁੰਦੇ ਨੇ ਬਹੁਤ ਜ਼ਰੂਰੀ ਹੁੰਦੇ ਨੇ ਉਹ ਜਾਨਵਰ ਹੋਵੇ ਜਾਂ ਪਰਿੰਦਾ ਹੋਵੇ ਉਹਦੇ ਵਾਸਤੇ ਇਹ ਜ਼ਰੂਰੀ ਨੇ। ਤੇ ਅਕਸਰ ਫੋਨ ਆਉਂਦੇ ਨੇ ਕਿ ਮਲਕਸਬਾ ਅਸੀਂ ਫਲਾਣੀ ਜਗ੍ਹਾ ਤੋਂ ਚੀਜ਼ ਲਈ ਸੀ ਉਹ ਜਨਾਬ ਦੋ ਲਈਆਂ ਦੀਆਂ ਨੇ ਇੱਕ ਰਹਿ ਗਈ ਏ ਤੇ ਉਹ ਇਸੇ ਲਈ ਰਹਿ ਜਾਂਦੀ ਏ ਕਿ ਤੁਸੀਂ ਉਹਨਾਂ ਨੂੰ ਫਾਸਿ ਟੀਕੇ ਨਹੀਂ ਲਵਾਉਂਦੇ। ਥੋੜੇ ਜੇ ਪੈਸੇ ਖਰਚ ਕਰ ਲਿਆ ਕਰੋ ਤੇ ਅੱਲਾ ਦੇ ਫضل ਨਾਲ ਤੁਹਾਡੀ ਚੀਜ਼ ਦੀ ਜਿਹੜੀ ਏ ਉਹ حفاظت ਹੋ ਜੇਗੀ حفاظت ਤੇ ਪਰਵਰਦਾਗਾਰ ਨੇ ਕਰਨੀ ਮਗਰ ਫਿਰ ਵੀ ਜਿਹੜਾ ਉਹ ਇਹਦੇ ਤੇ ਬਿਮਾਰੀਆਂ ਜਿਹੜੀਆਂ ਨੇ ਉਹ ਹਮਲਾ ਨਹੀਂ ਕਰਦੀਆਂ ਠੀਕ ਹੈ ਨਾ ਜੀ ਤੇ ਮੈਨੂੰ ਵੀ ਦੋਸਤੋ ਦੁਆਵਾਂ ਯਾਦ ਰੱਖਣਾ ਬਹੁਤ ਸ਼ੁਕਰੀਆ ਮੈਂ ਵੀ ਤੁਹਾਡੇ ਲਈ ਦੁਆਵਾਂ ਕਰਨਾ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਰਦੇਆ ਕਰੋ ਅਸਲਾਮੁਅਲੈਕਮ